ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਭਿਆਨਕ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਖਬਰ ਨੂਰਪੁਰ ਬੇਦੀ ਦੀ ਹੈ, ਜਿੱਥੇ ਦੇ ਪਿੰਡ ਹਯਾਤਪੁਰ ਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ 3 ਔਰਤਾਂ ਦੀ ਮੌਤ ਹੋ ਗਈ, ਜਦਕਿ 1 ਔਰਤ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਇਹ ਔਰਤਾਂ ਸੈਰ ਕਰਨ ਲਈ ਨਿਕਲੀਆਂ ਸਨ ਅਤੇ ਸੜਕ ਕਿਨਾਰੇ ਬੈਠੀਆਂ ਹੋਈਆਂ ਸਨ। ਇੰਨੇ 'ਚ ਹੀ ਗੜਸ਼ੰਕਰ ਵੱਲੋਂ ਆਈ ਮਹਿੰਦਰ ਪਿਕਅਪ ਗੱਡੀ ਬੇਕਾਬੂ ਹੋ ਕੇ ਉਹਨਾਂ ਉੱਤੇ ਚੜ ਗਈ। ਇਸ ਭਿਆਨਕ ਹਾਦਸੇ ਦੌਰਾਨ 3 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4th ਔਰਤ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ। ਰਾਤ 3-2 ਆਸ਼ਾ ਅਤੇ 1 ਮੋਨਿਕਾ ਸੈਰ ਕਰਕੇ ਆ ਕੇ ਆਪਣੇ ਘਰ ਦੇ ਮੂਹਰੇ ਮਤਲਬ ਬੈਠ ਗਏ ਹੈ। ਬੱਗੂਵਾਲ ਸ਼ਹਿਰ ਤੋਂ ਜਿਹੜੀ ਇੱਕ ਗੱਡੀ ਆਈ ਹੈ, ਮਹਿੰਦਰਾ ਗੱਡੀ ਹੈ, ਲੱਕੜ ਦੀ ਭਰੀ ਹੋਈ ਸੀ, ਉਹਦੇ ਨਾਲ ਜਿਹੜੇ ਹੈ ਉਹ ਬੈਠਿਆਂ 'ਤੇ ਹੀ ਜਿਹੜੀ ਮਤਲਬ ਉਹਨੀ ਗੱਡੀ 'ਚ ਚੜ੍ਹੀ ਹੈ। ਔਰ ਇਹੋ ਜਿਹੀ ਜਿਹੜੀ ਆਫਤ ਹੈ, 3 ਮੌਤਾਂ ਐਟ ਏ ਟਾਈਮ, ਬਹੁਤ ਦਰਦਨਾਕ ਮੌਤ ਹੋਈ ਹੈ। ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ। ਫਿਲਹਾਲ ਡਰਾਈਵਰ ਮੌਕੇ ਤੋਂ ਫਰਾਰ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕੋ ਸਮੇਂ 3 ਮੌਤਾਂ ਹੋਣਾ ਬਹੁਤ ਦਰਦਨਾਕ ਹੈ, ਸੋ ਲੋੜ ਹੈ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਕੇ ਮੁਜਰਿਮਾਂ ਨੂੰ ਸਲਾਖਾਂ ਪਿੱਛੇ ਲੈਣ ਦੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। Hey, you are watching Worldwide Superhit Punjabi Music Satellite TV Channel. Balle Balle